ਮੈਂ ਆਲਰੇਡੀ ਆ ਕੇ ਗਿਣਨੇ ਸੀ 85 ਪਾਸਪੋਰਟ ਆ ਜੀ ਤੁਸੀਂ ਆਹ ਵਾਲੇ ਜਿਹੜੇ ਹੱਥਾਂ 'ਚ ਸਾਡੇ 14 ਤੇ ਪਾਸਪੋਰਟ ਆ ਇਹ ਵੀ ਦੇਖੀ ਆਪਾਂ ਟੋਟਲ ਕਰ ਦਿੰਦੇ ਆ ਆਹ ਦੇਖ ਲਓ ਜੀ ਹੁਣ ਗਿਣੋ PPR ਹੁੰਦੀ ਹੈ ਲੋਕੀ ਏਜੰਟ ਦਿਖਾਉਂਦੇ ਆ PPR ਇੱਕ ਆਈ ਨਾਮ ਬਦਲ ਕੇ ਉਹਨੂੰ ਚੇਂਜ ਕਰਕੇ PPR ਦਿਖਾਈ ਗਏ ਅਸੀਂ ਲੱਗੇ ਵੀਜ਼ੇ ਦਿਖਾਉਂਦੇ ਆ ਲੋਕੀ ਸਿੰਗਲ ਕਹਿੰਦੇ ਆ ਵੀ ਸਿੰਗਲ ਵੀਜ਼ਾ ਨਹੀਂ ਲੱਗਦਾ ਇੱਥੇ ਸਪਾਊਸ ਦੇ ਵੀਜ਼ੇ ਆਏ ਈਵਨ ਬੱਚਿਆਂ ਦੇ ਨਾਲ ਵੀਜ਼ੇ ਆਏ ਹੋਏ ਆ ਇਹ 99 ਕਿੰਨੇ ਚਿਰ ਦੀ ਕਲੈਕਸ਼ਨ ਆ ਇਹ ਪਿਛਲੇ ਹਫਤੇ ਦੀ ਕਲੈਕਸ਼ਨ ਆ ਚੰਡੀਗੜ੍ਹ ਦੇ ਵੀਜ਼ੇ ਵੇਖੋ ਕੱਲ੍ਹ ਤੁਸੀਂ ਭੇਵਾ ਦੇ ਵੇਖੋ ਜਲੰਧਰ ਜਾਓ ਅੰਮ੍ਰਿਤਸਰ ਜਾਓ ਯਮੁਨਾਨਗਰ ਜਾਓ ਬਠਿੰਡੇ ਜਾਓ ਵੀਜ਼ੇ ਪੈਸੇ ਉਦੋਂ ਦੇਣੇ ਜਦੋਂ ਤੁਹਾਡਾ ਵੀਜ਼ਾ ਲੱਗਾ ਸਟੱਡੀ ਗੈਪ ਕਿੰਨਾ ਲੈ ਲਓ ਸਟੱਡੀ ਗੈਪ ਚਾਹੇ 15 ਸਾਲ ਦਾ ਹੋਵੇ ਚਾਹੇ 20 ਸਾਲ ਦਾ ਹੋਵੇ ਪਹਿਲਾਂ ਰਿਫਿਊਜ਼ ਆ ਕੋਈ ਇੱਕ ਵਾਰ ਦੋ ਵਾਰ ਤਿੰਨ ਵਾਰ ਕੀ ਉਹ ਸਾਰੇ ਕੇਸ ਐਕਸੈਪਟ ਕਰੋਗੇ ਕੋਈ ਪ੍ਰੋਬਲਮ ਨਹੀਂ ਮੈਂ ਕਹਿੰਦਾ ਜੀ ਤੁਹਾਡੇ 10 ਰਿਫਿਊਜ਼ ਲਾਂ ਚਾਹੇ 15 ਰਿਫਿਊਜ਼ ਲਾਂ ਬਟ ਬੈਨ ਨਾ ਹੋਵੇ ਅਗਰ ਕਿਸੇ ਦਾ ਬੈਨ ਆ ਉਹ 5 ਸਾਲ ਤੋਂ ਉੱਪਰ ਹੋ ਗਿਆ ਉਹ ਵੀ ਐਕਸੈਪਟੇਬਲ ਅਸੀਂ ਇਕੱਠਿਆਂ ਦੀ ਫਾਈਲ ਲਵਾਂਗੇ ਤੇ ਇਕੱਠਿਆਂ ਦਾ ਵੀਜ਼ਾ ਲਗਵਾਵਾਂਗੇ ਤਾਂ ਹੀ ਤੁਹਾਡੇ ਤੋਂ ਪੈਸਾ ਲਵਾਂਗੇ ਜੇ ਸਿੰਗਲ ਵੀਜ਼ਾ ਵੀ ਆਇਆ ਤਾਂ ਵੀ ਤੁਹਾਡੇ ਤੋਂ ਪੈਸੇ ਨਹੀਂ ਲਿੱਤੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਸਾਡੇ ਦਰਸ਼ਕਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਔਰ ਓਮ ਗਲੋਬਲ ਦੀ ਗੱਲ ਕਰਦੇ ਆ ਤਾਂ ਓਮ ਗਲੋਬਲ ਇਸ ਟਾਈਮ ਛਾਇਆ ਹੋਇਆ ਹੈ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਟੀਵੀ ਚੈਨਲਸ ਤੇ ਔਰ ਅਖਬਾਰਾਂ ਦੀਆਂ ਸੁਰਖੀਆਂ ਰੀਜ਼ਨ ਕੀ ਹੈ ਰਮਨ ਦੋਸਾਂਝ ਜੋ ਕਿ ਚੰਡੀਗੜ੍ਹ ਬ੍ਰਾਂਚ ਬੈਠਦੇ ਨੇ 99 ਪਾਸਪੋਰਟ ਕੈਨੇਡਾ ਦੇ ਉਹ ਕਹਿੰਦੇ ਸਾਡੇ ਆ ਗਏ ਔਰ ਇਹ 99 ਵੀਜ਼ਾਸ ਉਹ ਵੀਜ਼ਾਸ ਨੇ ਜਿਹੜੇ ਸਪਾਊਸ ਵੀਜ਼ਾ ਨੇ ਅੱਜ ਲੋਕ ਕਹਿੰਦੇ ਜੀ ਕੈਨੇਡਾ ਦੇ ਸਪਾਊਸ ਵੀਜ਼ਾ ਨਹੀਂ ਲੱਗਦੇ 99 ਵੀਜ਼ਾਸ ਸਪਾਊਸ ਦੇ ਲੈ ਲੈਣੇ ਉਹਨਾਂ ਨੇ ਔਰ ਅੱਜ ਖਾਸ ਤੌਰ ਤੇ ਚੰਡੀਗੜ੍ਹ ਬ੍ਰਾਂਚ ਆਏ ਸੀ ਉਹਨਾਂ ਦੀ ਵੇਖਣ ਲਈ ਕਿ ਸੱਚ 'ਚ ਉਹ 99 ਪਾਸਪੋਰਟ ਸਟੈਂਪਡ ਇਹਨਾਂ ਕੋਲ ਹੈਗੇ ਆ ਜਾਂ ਨਹੀਂ ਹੈਗੇ ਰਮਨ ਦੋਸਾਂਝ ਨੂੰ ਅਸੀਂ ਬੁਲਾ ਲਿਆ ਜੀ ਰਿਸੈਪਸ਼ਨ ਤੇ ਰਮਨ ਜੀ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਮਨੀਸ਼ ਜੀ ਜੀ ਸੋ 99 ਪਾਸਪੋਰਟ ਦਾ ਕੀ ਸੀ ਨਾ ਜੀ ਲੋਕੀ ਕਹਿੰਦੇ ਸਪਾਊਸ ਦੇ ਵੀਜ਼ੇ ਨਹੀਂ ਆਉਂਦੇ ਪਏ ਬਹੁਤ ਲੇਟ ਹੋ ਰਹੀਆਂ ਔਰ ਆਉਂਦੀ ਵੀ ਤਾਂ ਰਿਜੈਕਸ਼ਨ ਆਉਂਦੀ ਹੈ ਤੁਸੀਂ ਕਹਿੰਦੇ 99 ਵੀਜ਼ੇ ਆ ਗਏ ਤੁਸੀਂ 99 ਵੀਜ਼ੇ ਸਰ ਦੇਖ ਸਕਦੇ ਹੋ ਮਨੀਸ਼ ਜੀ ਇਕੱਠੇ ਦੇਖ ਸਕਦੇ ਹੋ ਸਪਾਊਸ ਦੇ ਉਹ ਵੀ ਸਿੰਗਲ ਨਹੀਂ ਲੋਕੀ ਸਿੰਗਲ ਕਹਿੰਦੇ ਆ ਵੀ ਸਿੰਗਲ ਵੀਜ਼ਾ ਨਹੀਂ ਲੱਗਦਾ ਇੱਥੇ ਸਪਾਊਸ ਦੇ ਵੀਜ਼ੇ ਆਏ ਈਵਨ ਬੱਚਿਆਂ ਦੇ ਨਾਲ ਵੀਜ਼ੇ ਆਏ ਹੋਏ ਆ ਤੁਸੀਂ ਇਹ ਦੇਖ ਸਕਦੇ ਹੋ ਪਾਸਪੋਰਟ ਦੀ ਗਿਣਤੀ ਪਰ ਰਮਨ ਜੀ ਮੈਂ ਆਲਰੇਡੀ ਆ ਕੇ ਗਿਣਨੇ ਸੀ 85 ਪਾਸਪੋਰਟ ਆ ਜੀ ਇਹ ਭਾਜੀ ਤੁਸੀਂ ਇਹ ਆਹ ਵਾਲੇ ਜਿਹੜੇ ਹੱਥਾਂ 'ਚ ਸਾਡੇ 14 ਤੇ ਪਾਸਪੋਰਟ ਆ ਇਹ ਨਹੀਂ ਦੇਖੇ ਆਪਾਂ ਟੋਟਲ ਕਰ ਦਿੰਦੇ ਆ ਆਹ ਦੇਖ ਲਓ ਜੀ ਹੁਣ ਗਿਣੋ ਇਹ 99 ਪਾਸਪੋਰਟ ਆ ਤੇ ਇਹ 99 ਕਿੰਨੇ ਚਿਰ ਦੀ ਕਲੈਕਸ਼ਨ ਆ ਇਹ ਪਿਛਲੇ ਹਫਤੇ ਦੀ ਕਲੈਕਸ਼ਨ ਆ ਯਾਨੀ ਕਿ ਇਸ ਹਫਤੇ ਦੇ ਵਿੱਚ ਯਾਨੀ ਕਿ 23 ਨਵੰਬਰ ਤੱਕ ਦੀ ਆ ਜੇ ਤੁਸੀਂ ਅਗਲੇ ਹਫਤੇ ਆਓਗੇ ਅਸੀਂ 200 ਪਲੱਸ ਪਾਸਪੋਰਟ ਤੁਹਾਨੂੰ ਇਕੱਠਾ ਕਰਕੇ ਹੋਰ ਦਿਖਾਵਾਂਗੇ ਯਾਨੀ ਕਿ ਟੋਟਲ ਇਹ ਚੰਡੀਗੜ੍ਹ ਦੇ ਬ੍ਰਾਂਚ ਦੇ ਇਕੱਲੇ ਪਾਸਪੋਰਟ ਨੇ ਸਾਡੀਆਂ 6 ਬ੍ਰਾਂਚਾਂ ਹੈ ਤੁਸੀਂ ਜੇ ਸਾਰੇ ਇਕੱਠੇ ਕਰ ਲਈਏ ਤਾਂ 500 ਪਲੱਸ ਹੋ ਜੂਗਾ ਇਸ ਟਾਈਮ ਜੀ ਸੋ ਓਮ ਗਲੋਬਲ ਦੇ ਸਾਰੇ ਦੇ ਸਾਰੇ ਪਾਸਪੋਰਟ ਸਿਰਫ ਚੰਡੀਗੜ੍ਹ ਬ੍ਰਾਂਚ ਦੇ ਆ ਜਾਂ ਪੰਜਾਬ ਦੀ ਸਾਰੀ ਬ੍ਰਾਂਚਾਂ ਦੇ ਮਿਲਾ ਕੇ ਆ ਜਾਂ ਜਿਹੜੀ ਤੁਸੀਂ ਭੇਵਾ ਯਮੁਨਾਨਗਰ ਹਰਿਆਣਾ ਬ੍ਰਾਂਚ ਵੀ ਖੋਲੀ ਹੈ 6 ਦੇ 6 ਬ੍ਰਾਂਚਾਂ ਦੇ ਮਿਲਾ ਕੇ ਮੈਂ ਪੁਲਕਿਤ ਜੀ ਕੋਲ ਪੁੱਛੂਗਾ ਕਿਉਂਕਿ ਮੈਂ ਇਹ ਨਹੀਂ ਚਾਹੁੰਦਾ ਕਿ ਸਾਰਾ ਕ੍ਰੈਡਿਟ ਰਮਨ ਜੀ ਲੈ ਜਾਣ ਲਓ ਪੁੱਛੇ ਭਾਜੀ ਜਿੱਦਾਂ ਕਹਿੰਦੇ ਆ ਨਾ ਪੰਜਾਬੀ 'ਚ ਕੰਮ ਸਾਂਝਾ ਵੀਜ਼ੇ ਆਪਣਾ ਆਪਣੇ ਅੱਜ ਤੁਸੀਂ ਚੰਡੀਗੜ੍ਹ ਆਏ ਹੋ ਚੰਡੀਗੜ੍ਹ ਦੇ ਵੀਜ਼ੇ ਵੇਖੋ ਕੱਲ੍ਹ ਤੁਸੀਂ ਭੇਵਾ ਉਹ ਭੇਵਾ ਦੇ ਵੇਖੋ ਜਲੰਧਰ ਜਾਓ ਅੰਮ੍ਰਿਤਸਰ ਜਾਓ ਯਮੁਨਾਨਗਰ ਜਾਓ ਬਠਿੰਡੇ ਜਾਓ ਵੀਜ਼ੇ ਹੀ ਵੀਜ਼ੇ ਵੇਖਣੇ ਆ ਭੇਵਾ ਬ੍ਰਾਂਚ ਕਿੰਨੇ ਵੀਜ਼ੇ ਪਏ ਆ ਇਸ ਵੇਲੇ ਇਸ ਟਾਈਮ 58 ਪਾਸਪੋਰਟ ਉੱਥੇ ਪਏ ਆ ਤੁਸੀਂ ਸਵੇਰੇ ਆਓ ਤੁਹਾਨੂੰ PPR ਨਾਲ ਦਿਖਾਵਾਂਗੇ 50 ਪਾਸਪੋਰਟ ਤਾਂ ਵਿਖਾਵਾਂਗੇ ਵਿਖਾਵਾਂਗੇ ਨਾਮ ਵੀ ਵੱਖਰੇ ਵੱਖਰੇ ਇਹ ਨਹੀਂ ਹੈ ਵੀ ਆਮ ਸਿੰਗਲ ਤੁਸੀਂ ਚਲੋ ਮੈਂ ਕੈਮਰਾਮੈਨ ਨੂੰ ਕਹੂੰਗਾ ਨਾਲ ਦੀ ਨਾਲ ਕੈਮਰਾ ਵੀ ਫੋਕਸ ਕਰਦੇ ਰਹਿਣ ਜੀ ਨਾਮ ਵੀ ਵੱਖਰੇ ਵੱਖਰੇ ਯਾਨੀ ਕਿ ਹਰ ਇੱਕ ਪਾਸਪੋਰਟ ਦਾ ਡਿਫਰੈਂਟ ਨੇਮ ਹੋਊਗਾ ਇਹ ਨਹੀਂ ਹੈ ਵੀ ਇੱਥੋਂ ਵਾਲੇ ਪਾਸਪੋਰਟ ਚੱਕ ਕੇ ਉੱਥੇ ਲੈ ਗਏ ਉੱਥੋਂ ਵਾਲੇ ਉੱਥੇ ਲੈ ਗਏ ਤੁਸੀਂ ਚੰਡੀਗੜ੍ਹ ਦੇ ਚੰਡੀਗੜ੍ਹ 'ਚ ਦੇਖੋਗੇ ਜਲੰਧਰ ਦੇ ਜਲੰਧਰ 'ਚ ਦੇਖੋਗੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇਖੋਗੇ ਬਠਿੰਡੇ ਦੇ ਬਠਿੰਡੇ ਯਮੁਨਾਨਗਰ ਦੇ ਯਮੁਨਾਨਗਰ ਤੇ ਭੇਵਾ ਦੇ ਭੇਵਾ ਇਹ ਖਾਸ ਕਰਕੇ ਇਸ ਵੀਡੀਓ ਦਾ ਮਕਸਦ ਇਹ ਨਹੀਂ ਗਾ ਵੀ ਅਸੀਂ ਪਾਸਪੋਰਟ ਦਿਖਾਉਣ ਵਾਸਤੇ ਇਹ ਲੋਕਾਂ ਨੂੰ ਇਹ ਦਿਖਾਉਣ ਵਾਸਤੇ ਇਹ ਸ਼ੋਅ ਕੀਤਾ ਗਿਆ ਹੈ ਵੀ ਜਿਹੜੇ ਲੋਕ ਅਜੇ ਵੀ ਇਸ ਵਹਿਮ 'ਚ ਬੈਠੇ ਆ ਵੀ ਸਪਾਊਸ ਜਾਂ ਉਹਨਾਂ ਦੇ ਨਾਲ ਕੈਨੇਡਾ 'ਚ ਬੱਚਿਆਂ ਦੇ ਨਾਲ ਨਹੀਂ ਜਾਇਆ ਜਾ ਸਕਦਾ ਤੁਸੀਂ ਇੱਕ ਇੱਕ ਕਰਕੇ ਘੱਟੋ ਘੱਟ ਨਹੀਂ ਤਾਂ 40 ਤੋਂ 45 ਇਹੋ ਜਿਹੇ ਜੋੜੇ ਨੇ ਜਿਨ੍ਹਾਂ ਦਾ ਵੀਜ਼ਾ ਲੱਗ ਚੁੱਕਿਆ ਹੈ ਇਹ ਵੀ ਨਹੀਂ ਗਾ ਵੀ ਤੁਸੀਂ 7 ਬੈਂਡ ਚਾਹੀਦੇ ਆ 7.5 ਬੈਂਡ ਚਾਹੀਦੇ ਆ 6.5 ਬੈਂਡ ਚਾਹੀਦੇ ਆ ਉਹਨਾਂ ਦੇ ਵੀਜ਼ੇ ਹਰ ਕੋਈ ਲਗਵਾ ਦਿੰਦਾ ਤੁਸੀਂ ਤੁਹਾਡੇ ਕੋਲ 6 ਓਵਰਆਲ ਬੈਂਡ ਨੇ ਤੁਹਾਡੇ 1 'ਚੋਂ 5 ਆ 2 'ਚੋਂ 5 ਆ ਤੁਹਾਡੇ 2 'ਚੋਂ 5.5 ਆ ਜਾਂ ਓਵਰਆਲ 6 ਬੈਂਡ ਚਾਹੀਦੇ ਆ PT 'ਚੋਂ 60 ਸਕੋਰ ਚਾਹੀਦੇ ਓਵਰਆਲ ਅਤੇ ਟੋਫਲ 'ਚੋਂ 83 ਤੁਸੀਂ ਕੋਈ ਰੁਪਈਆ ਨਹੀਂ ਦੇਣਾ ਤੁਸੀਂ ਰਿਫਿਊਜ਼ ਹੋ ਆਪਣੇ ਡਾਕੂਮੈਂਟ 4 ਡਾਕੂਮੈਂਟ ਚਾਹੀਦੇ ਆ GIC ਦਾ ਸਰਟੀਫਿਕੇਟ ਮੈਡੀਕਲ ਪਾਸਪੋਰਟ ਅਤੇ ਅਕੈਡਮਿਕ ਹੋਰ ਕੋਈ ਡਾਕੂਮੈਂਟ ਨਹੀਂ ਚਾਹੀਦਾ ਸਾਨੂੰ ਤੁਹਾਡਾ ਇਹ 100 ਤੁਸੀਂ ਕਹਿੰਦੇ ਪਾਸਪੋਰਟ ਪਿਆ ਇਹ 100 ਸਟੈਂਪਡ ਵੀਜ਼ਾ ਪਿਆ ਰਿਫਿਊਜ਼ਲਾਂ ਕਿੰਨੀਆਂ ਇਹਦੇ ਪਿੱਛੇ ਰਿਫਿਊਜ਼ਲਾਂ ਜੇ ਆਪਾਂ ਗਿਣਤੀ ਦੀ ਗੱਲ ਕਰੀਏ 10 ਅਗਸਤ ਤੋਂ ਲੈ ਕੇ 3 ਤੋਂ 4
ਤੇ ਵੀਜ਼ੇ ਕਿੰਨੇ ਟੋਟਲ ਹੁਣ ਤੱਕ ਸਾਰੀ ਬ੍ਰਾਂਚਾਂ ਦੇ ਮਿਲਾ ਕੇ? ਸਾਰੀਆਂ ਬ੍ਰਾਂਚਾਂ ਦੇ ਮਿਲਾ ਕੇ 500 ਪਲੱਸ ਹੋ ਗਿਆ ਅੱਜ ਜੀ, ਅੱਜ 500 ਪਲੱਸ ਹੋ ਗਿਆ। 400 493 ਤੇ ਸ਼ਾਇਦ ਮੈਂ ਤੁਹਾਡੀ ਫੇਸਬੁੱਕ ਤੇ ਵੇਖਿਆ। ਫਿਰ ਅੱਜ 500 ਪਲੱਸ ਹੋ ਗਿਆ ਨਾ, ਕੋ ਕੱਲ ਦੀ ਪੋਸਟ ਸੀਗੀ 23 ਨਵੰਬਰ ਦੀ, ਅੱਜ 24 ਨਵੰਬਰ ਆਪਾਂ ਖੜੇ ਆ। 10 ਅਗਸਤ ਤੋਂ ਲੈ ਕੇ 500 ਪਲੱਸ ਹੋ ਗਿਆ ਪਿਛਲੇ, ਯਾਨੀ ਕਿ 1 ਜਨਵਰੀ ਦਾ ਆਪਾਂ ਡਾਟਾ ਅਜੇ ਤੁਹਾਨੂੰ ਦੱਸ ਨਹੀਂ ਰਹੇ, ਤੇ ਇਹ 10 ਅਗਸਤ ਤੋਂ ਲੈ ਕੇ ਅੱਜ ਦੀ ਡੇਟ ਤੱਕ, ਯਾਨੀ ਕਿ ਪਿਛਲੇ 2.5 ਮਹੀਨਿਆਂ ਦਾ ਇਹ ਆ। 10 ਅਗਸਤ ਤੋਂ ਬਾਅਦ 2.5 ਮਹੀਨੇ ਦੀ 500 ਵੀਜ਼ਾ ਕ੍ਰੋਸ ਕਰ ਲਿਆ। ਹਾਂਜੀ। ਅੱਛਾ ਪੁਲਕ ਜੀ, ਕੀ ਪੰਜਾਬ ਦੇ ਵਿੱਚ ਹੀ ਟ੍ਰੈਂਡ ਆ ਸਿਰਫ ਇਹ ਜਿਹੜਾ ਹਸਬੈਂਡ ਵਾਈਫ ਔਰ ਕਿਡ ਜਾਂ ਸਪਾਊਸ ਵੀਜ਼ਾ ਦਾ, ਜਾਂ ਫਿਰ ਹਰਿਆਣਾ ਦੇ ਵਿੱਚ ਟ੍ਰੈਂਡ ਹੈਗਾ? ਸਰ ਟ੍ਰੈਂਡ ਇਦਾਂ ਨਹੀਂ ਹੁੰਦਾ ਵੀ ਪੰਜਾਬ ਦੇ ਵਿੱਚ ਹੋਊਗਾ, ਆਲ ਓਵਰ ਇੰਡੀਆ ਦੇ ਅੰਦਰ ਟ੍ਰੈਂਡ ਚੱਲੂਗਾ, ਕਿਸੇ ਚੀਜ਼ ਦਾ ਵੀ ਚੱਲੇਗਾ। ਲੈਟ ਸਪੋਜ਼ ਆਪਾਂ ਗੱਲ ਕਰਦੇ ਹਾਂ ਥੋੜਾ ਟਾਈਮ ਪਹਿਲਾਂ, 3 ਮਹੀਨੇ ਪਹਿਲਾਂ, 4 ਮਹੀਨੇ ਪਹਿਲਾਂ ਆਸਟ੍ਰੇਲੀਆ ਦਾ ਟ੍ਰੈਂਡ ਸੀ। ਆਸਟ੍ਰੇਲੀਆ ਦਾ ਸਾਡੇ ਕੋਲ ਭਰਮਾਰ ਵੀਜ਼ਾ ਸੀ, ਜਿੰਨਾ ਮਰਜ਼ੀ ਵੀਜ਼ਾ ਦੇਖੋ ਓਮ ਗਲੋਬਲ ਹੋਈ ਗਈ ਸੀ। ਯੂਐਸ ਦਾ ਟਾਈਮ ਆਉਂਦਾ, ਯੂਐਸ ਅੱਜ ਯੂਐਸ ਥੋੜਾ ਵੀਕ ਚੱਲ ਰਿਹਾ, ਕੈਨੇਡਾ ਨੇ ਵੀਜ਼ੇ ਦੇ ਭਰਮਾਰ ਲਾਇਆ ਵੀ ਜਿੰਨਾ ਮਰਜ਼ੀ ਵੀਜ਼ਾ ਦੇਖੋ। ਏਦਾਂ ਨਹੀਂ ਹੁੰਦਾ ਵੀ ਪੀਪੀਆਰ ਹੁੰਦੀ ਹੈ, ਲੋਕੀ ਏਜੰਟ ਦਿਖਾਉਂਦੇ ਆ ਪੀਪੀਆਰ, ਇੱਕ ਆਈ ਨਾਮ ਬਦਲ ਬਦਲ ਕੇ ਉਹਨੂੰ ਚੇਂਜ ਕਰਕੇ ਪੀਪੀਆਰ ਦਿਖਾਈ ਗਏ, ਅਸੀਂ ਲੱਗੇ ਵੀਜ਼ੇ ਦਿਖਾਉਂਦੇ ਆ। ਅੱਛਾ ਹੁਣੇ ਤੁਸੀਂ ਕਿਹਾ ਸੀ ਕਿ ਕੰਮ ਸਾਂਝਾ ਹੈ ਤੇ ਵੀਜ਼ੋ ਆਪੋ ਆਪਣੇ, ਤੇ ਪਾਲਿਸੀਜ਼ ਵੀ ਆਪੋ ਆਪਣੀਆਂ ਹੀ ਆ, ਪਾਲਿਸੀ ਜਿਵੇਂ ਕਹਿੰਦੇ ਜੀ ਫੀਸ ਵੀ ਬਾਅਦ ਚ ਦੇ ਦਿਓ, ਕੰਪਨੀ ਫੀਸ ਵੀ ਕੋਈ ਨਹੀਂ, ਇੱਕੋ ਹੀ ਜੀ ਸਾਰੀ ਆਰਗੇਨਾਈਜੇਸ਼ਨ ਚ ਪਾਲਿਸੀ ਇੱਕੋ ਹੀ, ਚਾਹੇ ਤੁਸੀਂ ਬਠਿੰਡੇ ਜਾਓ, ਚਾਹੇ ਤੁਸੀਂ ਚੰਡੀਗੜ੍ਹ ਆਓ, ਚਾਹੇ ਤੁਸੀਂ ਜਲੰਧਰ ਜਾਓ, ਚਾਹੇ ਤੁਸੀਂ ਅੰਮ੍ਰਿਤਸਰ, ਚਾਹੇ ਭੇਵੇ, ਚਾਹੇ ਯਮੁਨਾਨਗਰ, ਪੈਸੇ ਉਦੋਂ ਦੇਣੇ ਜਦੋਂ ਤੁਹਾਡਾ ਵੀਜ਼ਾ ਲੱਗਾ, ਤੁਸੀਂ ਮੈਡੀਕਲ ਕਰਾਉਣਾ ਤੇ GIC ਕਰਾਉਣਾ। ਜੇ ਹੁਣ ਕੋਈ ਬੰਦਾ ਕਹੇ ਮੈਂ GIC ਵੀ ਨਹੀਂ ਕਰਾਉਣਾ, ਜੇ GIC ਨਹੀਂ ਕਰਾਉਣਾ, ਕਿਸੇ ਨੇ ਸਾਡੇ ਕੋਲੇ ਆਏ ਬੱਚਾ ਸਾਨੂੰ ਬਹਿ ਕੇ ਕਹੇ ਵੀ ਮੈਂ GIC ਨਹੀਂ ਕਰਾ ਸਕਦਾ ਜੀ, ਮੈਂ ਰਿਸਕ ਨਹੀਂ ਲੈ ਸਕਦਾ ਉਸ ਚੀਜ਼ ਦਾ, ਉਸ ਤੇ ਅਸੀਂ ਰਿਸਕ ਲੈਣ ਨੂੰ ਤਿਆਰ ਆ, ਪਰ ਤੁਹਾਡੇ ਕੋਲੇ ਆਇਲਸ ਦੇ 6 ਬੈਂਡ, PD ਦੇ 60 ਸਕੋਰ ਤੇ TOEFL ਦੇ 83, ਤੁਸੀਂ ਸਟੱਡੀ ਗੈਪ ਕਿੰਨਾ ਲੈ ਲਓ? ਸਟੱਡੀ ਗੈਪ ਚਾਹੇ 15 ਸਾਲ ਦਾ ਹੋਵੇ, ਚਾਹੇ 20 ਸਾਲ ਦਾ ਹੋਵੇ, ਇਹਦੇ ਵਿੱਚ ਇੱਕ ਮੀਆਂ ਬੀਬੀ ਇਦਾਂ ਦੇ ਆ ਜਿਹੜੇ ਕਿ 43 ਇਅਰਸ ਦੇ ਆ, ਯਾਨੀ ਕਿ ਉਹਨਾਂ ਦਾ ਸਟੱਡੀ ਗੈਪ 18 ਸਾਲ ਦਾ ਹੈ, 18 ਸਾਲ ਦਾ ਸਟੱਡੀ ਗੈਪ ਹੈ। 2005 ਚ ਉਹਨਾਂ ਨੇ ਆਪਣੀ ਲਾਸਟ ਕੁਆਲੀਫਿਕੇਸ਼ਨ ਕੀਤੀ ਹੋਈ ਹੈ, ਉਹ ਵੀ ਮਾਸਟਰਸ। ਤੇ ਜਿਹੜੇ ਪਹਿਲਾਂ ਰਿਫਿਊਜ਼ ਆ, ਕੋਈ ਇੱਕ ਵਾਰ, ਦੋ ਵਾਰ, ਤਿੰਨ ਵਾਰ, ਕੀ ਉਹ ਸਾਰੇ ਕੇਸ ਐਕਸੈਪਟ ਕਰੋਗੇ? ਕੋਈ ਪ੍ਰੋਬਲਮ ਨਹੀਂ, ਕੋਈ ਪ੍ਰੋਬਲਮ ਨਹੀਂ। ਮੈਂ ਕਹਿੰਦਾ ਜੀ ਤੁਹਾਡੇ 10 ਰਿਫਿਊਜ਼ਲ ਆ, ਚਾਹੇ 15 ਰਿਫਿਊਜ਼ਲ ਆ, ਬਟ ਬੈਨ ਨਾ ਹੋਵੇ। ਅਗਰ ਕਿਸੇ ਦਾ ਬੈਨ ਆ ਉਹ 5 ਸਾਲ ਤੋਂ ਉੱਪਰ ਹੋ ਗਿਆ, ਉਹ ਵੀ ਐਕਸੈਪਟੇਬਲ ਆ। ਸੋ ਪੁਲਕ ਜੀ, ਤੁਸੀਂ ਕੋਈ ਐਡ ਆਨ ਕਰਨਾ ਚਾਹੋ? ਹਰਿਆਣੇ ਦੇ ਲੋਕ ਕੀ ਸਮਝਦੇ ਆ ਸਪਾਊਸ ਵੀਜ਼ਾ ਨੂੰ? ਸਪਾਊਸ ਵੀਜ਼ਾ ਸਰ ਅੱਜ ਕੱਲ ਦੁਨੀਆ ਉਦੋਂ ਚੀਜ਼ ਨੂੰ ਸਮਝਦੀ ਜਦੋਂ ਉਹ ਚੀਜ਼ ਪ੍ਰੈਕਟੀਕਲ ਹੋ ਜਾਂਦੀ ਹੈ। ਅਸੀਂ ਪ੍ਰੈਕਟੀਕਲ ਕਰਕੇ ਦਿਖਾਇਆ, ਪਹਿਲਾਂ ਸਾਨੂੰ ਬੜੀ ਮੁਸ਼ਕਲ ਆਈਆਂ ਸੀ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਸਪਾਊਸ ਵੀਜ਼ਾ ਦੀ ਐਡ ਕਰਨੀ ਸਟਾਰਟ ਕੀਤੀ। ਲੋਕਾਂ ਨੇ ਫੇਸਬੁੱਕ ਦਾ ਲਾਈਵ ਥੱਲੇ ਵੀ ਲਿਖਣਾ ਵੀ ਆਹ ਗਲਤ ਕਹਿ ਰਹੇ ਆ ਜੀ, ਏਦਾਂ ਨਹੀਂ ਹੈਗਾ, ਆਫਿਸਾਂ ਦੇ ਵਿੱਚ ਜਾ ਕੇ ਇਹਨਾਂ ਨੇ ਨਹੀਂ ਕਰਨਾ, ਸਿ੗ਨਲ ਕਹਿ ਦੇਣਾ ਵੀ ਤੁਹਾਡੇ ਸਪਾਊਸ ਨੂੰ ਬਾਅਦ 'ਚ ਭੇਜਣ। ਅਸੀਂ ਸਿੰਪਲ ਜੀ ਇੱਕ ਥਿਉਰੀ ਰੱਖੀ ਉਹਨਾਂ ਵਾਸਤੇ ਵੀ ਤੁਸੀਂ ਭਾਈ ਸਾਡੇ ਕੋਲ ਆਓ, ਸਾਨੂੰ ਆਪਦੇ ਡਾਕੂਮੈਂਟ, ਤੁਹਾਨੂੰ ਐਵੇਂ ਹੈ ਵੀ ਓਰੀਜਨਲ ਨਹੀਂ ਦੇ ਕੇ ਜਾਣੇ, ਸਾਨੂੰ ਸਕੈਨ ਆਫ ਦੇ ਡਾਕੂਮੈਂਟ ਦੇ ਜਾਓ, ਜਿੱਦਣ ਤੁਹਾਡਾ ਵੀਜ਼ਾ ਲੱਗ ਜੇ ਅਸੀਂ ਤੁਹਾਨੂੰ ਪਾਸਪੋਰਟ ਸਟੈਂਪ ਹੋਣ ਤੋਂ ਬਾਅਦ ਪੈਸੇ ਲਵਾਂ ਜੀ। ਇਹ ਸਰਵਿਸ ਹੋਈ ਕੋਈ? ਮੈਂ ਕੈਮਰਾ ਮੈਨੂੰ ਇੱਕ ਵਾਰ ਫਿਰ ਕਹੂੰਗਾ ਕਿ ਪਾਸਪੋਰਟ ਨੂੰ ਥੋੜਾ ਜਿਹਾ ਜ਼ੂਮ ਕਰਕੇ ਲਾਗਿਓ ਵਿਖਾ ਦਿਓ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਔਰ ਬਹੁਤ ਸਾਰੇ ਕੰਸਲਟੈਂਟ ਐਸੇ ਹੈ ਕਿ ਜਿਹੜੇ ਸਟਿੱਕਰ ਲਾ ਕੇ ਉਹਨੂੰ ਜਿਹੜਾ ਪ੍ਰੈਜੈਂਟ ਕਰਦੇ ਕਿ ਮੇਰੇ 50 ਵੀਜ਼ੇ ਆ ਗਏ, ਮੇਰਾ 100 ਵੀਜ਼ੇ ਆ ਗਿਆ, ਔਰ ਮੈਂ ਚਾਹੂੰਗਾ ਕਿ ਬਿਲਕੁਲ ਕਲੋਜ਼ ਕਰਕੇ ਵਿਖਾਇਆ ਜਾਵੇ ਕਿ ਇਹ ਓਰੀਜਨਲ ਪਾਸਪੋਰਟ ਆ ਔਰ ਸਟੈਂਪਡ ਪਾਸਪੋਰਟ ਆ ਕਿਸੇ ਜੀ ਨਹੀਂ ਦਿਖੇ, ਉਹਨਾਂ ਨੇ ਵੀ ਦਿਖਾਓ ਜੀ ਜੀ, ਔਰ ਇਹ ਸਾਰੇ ਉਹ ਵੀਜ਼ਾਸ ਆ। ਕੋਈ ਖਾਲੀ ਪਾਸਪੋਰਟ ਨਹੀਂ ਮਿਲੂਗਾ ਤੁਹਾਨੂੰ। ਮਨੀਸ਼ ਜੀ ਇੱਕ ਗੱਲ ਮੈਂ ਹੋਰ ਤੁਹਾਨੂੰ ਕਹਿ, ਅੱਜ 24 ਨਵੰਬਰ ਆ ਜੀ, ਤੁਸੀਂ ਇੱਕ ਵਾਰ ਫਿਰ ਚੱਕਰ ਮਾਰਿਓ, ਇੱਕ ਦਸੰਬਰ ਤੱਕ ਸ਼ਾਇਦ ਇਹ ਤੋਂ ਟ੍ਰਿਪਲ ਕਰ ਦਈਏ ਜੀ। ਔਰ ਓਮ ਗਲੋਬਲ ਦੇ ਪੰਜਾਬ 'ਚ ਕਿਸੇ ਵੀ ਆਫਿਸ, ਚਾਹੇ ਉਹ ਚੰਡੀਗੜ੍ਹ ਤੁਸੀਂ ਆ ਜਾਓ, ਜਲੰਧਰ ਆ ਜਾਓ, ਅੰਮ੍ਰਿਤਸਰ ਆ ਜਾਓ, ਬਠਿੰਡਾ ਆ ਜਾਓ, ਜਾਂ ਹਰਿਆਣੇ ਜਾਣਾ ਹੈ, ਭੇਵਾ ਆ ਜਾਓ, ਯਮੁਨਾਨਗਰ ਆ ਜਾਓ, ਕਿਸੇ ਵੀ ਆਫਿਸ 'ਚ ਆ ਜਾਓ, ਕੈਨੇਡਾ ਸਪਾਊਸ ਵੀਜ਼ੇ 'ਤੇ ਤੁਸੀਂ ਆਪਣਾ ਕੇਸ ਅਪਲਾਈ ਕਰਨਾ, ਹਸਬੈਂਡ ਵਾਈਫ ਬੱਚਾ ਇਕੱਠਾ ਜਾਣਾ ਚਾਹੁੰਦੇ ਆ, 1 ਸਾਲ ਦਾ ਗੈਪ ਆ ਚਾਹੇ 10 ਸਾਲ ਦਾ ਗੈਪ ਆ, ਪੜ੍ਹਾਈ ਦੇ ਵਿੱਚ 55-60% ਨੰਬਰ ਹੈਗੇ ਆ, ਤੁਸੀਂ ਐਡਵਾਂਸ ਇੱਕ ਸਿੰਗਲ ਪੈਸੇ ਨਹੀਂ ਦੇਣੇ, ਸਿੰਗਲ ਪੈਨੀ ਐਡਵਾਂਸ ਨਹੀਂ ਦੇਣੀ, ਸਾਰੇ ਦੇ ਸਾਰੇ ਪੈਸੇ ਉਦੋਂ ਦੇਣੇ ਆ ਜਦੋਂ ਪਾਸਪੋਰਟ ਤੇ ਵੀਜ਼ਾ ਲੱਗ ਗਿਆ। ਜਦੋਂ ਮਨੀਸ਼ ਜੀ ਮੈਂ ਤੁਹਾਨੂੰ ਵਿੱਚ ਟੋਕਣ ਲੱਗਾ ਗੱਲ ਤੇ, ਜਿੱਦਾਂ ਤੁਸੀਂ ਮੈਨੂੰ ਕਿਹਾ ਵੀ ਬੱਚੇ ਦੀ GIC ਤੁਸੀਂ ਕਰ ਦੋਗੇ ਕਿ ਨਹੀਂ ਕਰ ਦੋਗੇ, ਉਹਦੇ ਵਿੱਚ ਹੁਣ ਚੀਜ਼ ਕੀ ਹੈ? ਮੈਂ ਸਵੇਰੇ ਸਵੇਰੇ ਕਿਸੇ ਏਜੰਟ ਦੇ ਸੋਸ਼ਲ ਮੀਡੀਆ ਤੇ ਐਡ ਦੇਖ ਰਿਹਾ ਸੀ, ਉਹ ਕਹਿੰਦਾ ਵੀ ਮੇਰੇ ਕੋਲ ਇੱਕ ਮੇਲ ਆਈ ਆ ਜਿਹਦੇ ਵਿੱਚ ਕਿ GIC ਇੱਕ ਏਜੰਟ ਨੇ ਉਹਦੀ ਬੱਚੇ ਦੀ ਫੇਕ ਲਾ ਦਿੱਤੀ। ਉਹ ਕਿਸ ਸਿਨੈਰੀਓ ਦੇ ਅੰਦਰ ਹੁੰਦਾ ਜਦੋਂ ਆਪਾਂ ਬੱਚੇ ਦੇ ਕੋਲ, ਸਾਡੇ ਕੋਲ ਫੰਡਸ ਨਹੀਂ ਹੁੰਦੇ ਸਭ ਤੋਂ ਪਹਿਲਾਂ ਏਜੰਟ ਦੇ ਕੋਲ ਭਰਨ ਵਾਸਤੇ, ਲੇਕਿਨ ਆਪਾਂ ਬੱਚੇ ਨੂੰ ਕਹਿ ਦਿੰਦੇ ਹਾਂ ਤੇਰੇ GIC ਭਰ ਦਾਂਗੇ, ਆਪਾਂ ਕੁਛ ਚੰਦ ਜੇ ਆਪਦੇ ਲਾਲਚ ਦੇ ਪਿੱਛੇ ਅਗਲੀ ਜ਼ਿੰਦਗੀ ਖਰਾਬ ਕਰਕੇ ਬਹਿ ਜਾਂਦੇ। ਅਸੀਂ ਬੱਚੇ ਨੂੰ ਕਹਿੰਦੇ GIC ਭਾ ਆਪਦੀ ਆਪ ਭਰ ਲੈ, ਤੈਨੂੰ ਜਾ ਕੇ ਉੱਥੇ ਵਾਪਸ ਮਿਲ ਜਾਣੀ ਹੈ, ਉਹਦੇ ਵਿੱਚ ਕੋਈ ਲਾਸ ਵੀ ਨਹੀਂ ਹੈਗਾ ਬੱਚੇ ਦਾ। ਜਦਕਿ ਅਸੀਂ ਜੇ GIC ਭਰਾਂਗੇ ਅਸੀਂ ਅਗਲੇ ਨੂੰ TT ਕਾਪੀ ਨਾਲ ਦਿੰਦੇ ਹਾਂ ਵੀ ਆਹ ਭਰਾ ਤੇਰੀ TT ਕਾਪੀ ਹੈ, ਤੇਰਾ GIC ਆਇਆ ਤੇ ਜੈਨੂਇਨ ਗਿਆ,
ਯਕੀਨ ਬਣਦਾ ਉੱਥੇ ਜਾ ਕੇ ਅਪਲਾਈ ਕਰ ਲਿਆ। ਓਮ ਗਲੋਬਲ ਕਰਾਉਂਦੇ ਹੋ, ਇੱਕ ਸਿੰਗਲ ਪੈਸਾ ਐਡਵਾਂਸ ਨਹੀਂ ਦੇਣਾ, ਪੈਸੇ ਸਾਰੇ ਵੀਜ਼ਾ ਲੱਗਣ ਤੋਂ ਬਾਅਦ, ਕਾਲਜ ਦੀ ਫੀਸ, ਕੰਪਨੀ ਦੀ ਫੀਸ, ਜੀ ਆਈ ਸੀ ਤੱਕ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ। ਰਮਨ ਜੀ ਕੋਈ ਐਡ ਆਨ ਕਰਨਾ ਚਾਹੋ ਤੁਸੀਂ? ਐਡ ਆਨ ਇਹੀ ਕਰਨਾ ਚਾਹੁੰਦਾ ਦੀਦੀ, ਇਹ ਟਰੱਸਟ ਬਣਿਆ ਹੋਇਆ ਤਾਂ ਹੀ ਅਸੀਂ ਰਿਜ਼ਲਟ ਦਿਖਾਏ ਆ। ਇਹ ਨਹੀਂ ਗਾ ਹਜੇ ਵੀ ਲੋਕਾਂ ਦੇ, ਮੈਂ ਇੱਦਾਂ ਦੇ ਦੇਖ ਰਿਹਾ, ਅੱਜ ਵੀ ਮੇਰੇ ਕੋਲ ਸਟੂਡੈਂਟ ਆਏ ਸੀਗੇ, ਕਹਿੰਦੇ ਸਪਾਊਸ ਵੀਜ਼ਾ ਸਾਨੂੰ ਇੱਕ ਏਜੰਟ ਨੇ ਮਨਾ ਕਰਤਾ, ਦੂਸਰੇ ਕੋਲੇ ਗਏ, ਉਹ ਕਹਿੰਦਾ ਜੀ ਸਿੰਗਲ ਲਾ ਦਾਂਗੇ, ਫਿਰ ਤੁਹਾਡਾ ਵੀਜ਼ਾ ਆ ਗਿਆ, ਉਦੋਂ ਬਾਅਦ ਲਗਾ ਦਾਂਗੇ। ਸੋ ਅਸੀਂ ਇਕੱਠਿਆਂ ਦੀ ਫਾਈਲ ਲਵਾਂਗੇ ਅਤੇ ਇਕੱਠਿਆਂ ਦਾ ਵੀਜ਼ਾ ਲਗਵਾਵਾਂਗੇ, ਤਾਂ ਹੀ ਤੁਹਾਡੇ ਤੋਂ ਪੈਸਾ ਲਵਾਂਗੇ। ਜੇ ਸਿੰਗਲ ਵੀਜ਼ਾ ਵੀ ਆਇਆ ਤਾਂ ਵੀ ਤੁਹਾਡੇ ਤੋਂ ਪੈਸੇ ਨਹੀਂ ਲਿੱਤੇ ਜਾਣਗੇ ਜੀ। ਸੋ ਜੇ ਕੋਈ ਏਜੰਟ ਕਹਿੰਦਾ ਕਿ ਇਕੱਲਿਆਂ ਨੂੰ ਭੇਜਣਾ ਹੈ, ਆਪਣੀ ਫਾਈਲ ਚੁੱਕ ਕੇ ਓਮ ਗਲੋਬਲ ਆ ਜਾਓ। 10 ਤੋਂ 15 ਦਿਨਾਂ ਦੇ ਵਿੱਚ ਤੁਹਾਡੀ ਫਾਈਲ ਅੰਬੈਸੀ 'ਚ ਪੇਸ਼ ਕੀਤੀ ਜਾਊਗੀ, ਚਾਹੇ ਉਹ ਜਨਵਰੀ ਇਨਟੇਕ ਆ, ਚਾਹੇ ਉਹ ਮਈ ਇਨਟੇਕ ਆ, ਚਾਹੇ ਤੁਸੀਂ ਸਤੰਬਰ ਇਨਟੇਕ ਜਾਣਾ ਹੈ। ਸਤੰਬਰ 2024 ਦੀ ਗੱਲ ਕਰ ਰਹੇ, ਬਟ ਫਿਲਹਾਲ ਜਨਵਰੀ 2024 ਅਤੇ ਮਈ 2024 ਦੇ ਦਾਖਲੇ ਚੱਲ ਰਹੇ ਆ। ਜਿਵੇਂ ਕਨਵਰ ਗਰੇਵਾਲ ਨੇ ਕਿਹਾ ਕਿ ਜਿੱਥੇ ਚੱਲੇਂਗੀ ਚੱਲੂਗਾ ਨਾਲ, ਤੇਰੇ ਟਿਕਟਾਂ 2 ਲੈ ਲਈ, ਔਰ ਵੀਡੀਓ ਬਹੁਤ ਮਸ਼ਹੂਰ ਹੋ ਰਹੀ ਹੈ। ਥੋੜੀ ਦੇਰ ਪਹਿਲਾਂ ਗੱਲ ਕਰ ਰਿਹਾ ਸੀ, ਇਹ ਸਾਡੇ ਕਰਕੇ ਵੀਜ਼ਾ ਨਹੀਂ ਹੈਗਾ, ਇਹ ਵੀਜ਼ਾ ਉਹਨਾਂ ਕਰਕੇ ਹੈ ਜਿਨ੍ਹਾਂ ਨੇ ਸਾਡੇ ਤੇ ਟਰੱਸਟ ਕੀਤਾ, ਸਾਨੂੰ ਆਪਦੀ ਐਪਲੀਕੇਸ਼ਨ ਦਿੱਤੀ। ਐਪਲੀਕੇਸ਼ਨ ਕੋਈ ਮਜ਼ਾਕ ਨਹੀਂ ਹੈਗਾ ਵੀ ਤੁਸੀਂ ਸਾਡੇ ਕੋਲ ਆਏ, ਆਪਦੇ ਕਾਗਜ਼ ਦੇ ਗਏ, ਕੱਲ ਨੂੰ ਬੈਨ ਲੱਗ ਜਾਏ, ਕੁਛ ਹੋ ਜਾਏ, ਵੀ ਜਿਹੜੀ ਚੀਜ਼ ਐਲੀਜੀਬਲ ਨਹੀਂ ਹੈਗੀ ਇਹਨੂੰ ਲੌਜ ਹੀ ਨਹੀਂ ਕਰ ਸਕਦੇ। ਬੱਚਿਆਂ ਨੇ ਜਾਂ ਕਿਸੇ ਵੀ ਮਾਂ ਬਾਪ ਨੇ ਕਿਤੇ ਟਰੱਸਟ ਕੀਤਾ ਓਮ ਗਲੋਬਲ ਤੇ, ਤਾਂ ਹੀ ਓਮ ਗਲੋਬਲ ਹੈ, ਨਹੀਂ ਤਾਂ ਦੁਨੀਆ ਦੇ ਵਿੱਚ ਵਾਧੂ ਏਜੰਟ ਹੈ, ਜੋ ਮਰਜ਼ੀ ਕਰੀ ਜੀ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਏਜੰਟ ਤੁਹਾਨੂੰ ਮਨਾ ਕਰ ਰਿਹਾ, ਖਰਾਬ ਕਰ ਰਿਹਾ, ਲੇਟ ਕਰ ਰਿਹਾ, ਕੈਨੇਡਾ ਜਾਣਾ ਚਾਹੁੰਦੇ ਹੋ, ਓਵਰਆਲ ਆਇਲਸ ਦੇ 6 ਬੈਂਡ ਹੈਗੇ ਆ, ਕਿਸੇ ਇੱਕ 'ਚੋਂ 5 ਆ, 2 'ਚੋਂ 5 ਆ, 5.5 ਆ, ਓਵਰਆਲ 6 ਚਾਹੀਦੇ ਆ। ਪਲੱਸ 2 ਪਾਸ ਹੋ, ਗ੍ਰੈਜੂਏਟ ਹੋ, ਪਲੱਸ 2 ਪਾਸ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਦੁਬਾਰਾ ਸੁਣ ਲਓ, 12ਵੀਂ ਪਾਸ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਹੁਣੇ ਫੋਨ ਚੁੱਕੋ, ਕਾਲ ਕਰੋ ਓਮ ਗਲੋਬਲ ਨੂੰ ਅਤੇ ਆਪਣੇ ਕੈਨੇਡਾ ਸਪਾਊਸ ਵੀਜ਼ੇ 'ਤੇ ਜਾਣ ਦੇ ਵਿਦ ਕਿਡ ਸੁਪਨੇ ਨੂੰ ਪੂਰਾ ਕਰੋ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਧੰਨਵਾਦ।